ਇਹ 10 ਦਰੇ ਜਿਹੜੇ ਹੈਗੇ 10 ਤੇ 12 ਹੀ ਹੋ ਜਾਣੇ ਦਰੇ ਕਿਉਂਕਿ ਅਗਲੇ ਪਟਾਈ ਹੋਈ ਹੈ ਇਹਦੇ ਵਿੱਚ ਜਿਹੜੇ ਹੈਗੇ ਆ ਰਹਿੰਦੇ ਸੀ ਇਹ ਸਾਰੇ ਹੁਣ ਸਾਫ਼ ਹੋ ਜਾਣੇ 12 ਦਰੇ ਸਾਫ਼ ਹੋ ਜਾਣੇ। ਪਿਛਲੇ ਸਾਲ ਜਿਹੜਾ ਹੈਗਾ ਇਹਦੀ ਪਟਾਈ ਕਰਕੇ ਦਰਿਆ ਦਾ ਮੂੰਹ ਮੋੜਿਆ, ਵੈਸੇ ਬੜੀ ਮਿਹਨਤ ਆਈ। ਦਰਿਆਵਾਂ ਦੇ ਮੂੰਹ ਸਿਆਣੇ ਕਹਿੰਦੇ ਮੋੜੇ ਨਹੀਂ ਜਾਂਦੇ, ਤੁਸੀਂ ਮੋੜਤਾ। ਹਾਂ, ਸੰਗਤ ਨੇ ਮੋੜਿਆ, ਅਸੀਂ ਤਾਂ ਕੀ ਕਰ ਸਕਦੇ, ਸੰਗਤ ਨੇ ਮੋੜਿਆ। ਉਹ ਆਪਦੇ ਘਰਾਂ 'ਚ ਰਹਿਣ, ਬੱਚੇ ਪੜ੍ਹਨ, ਪਸ਼ੂ ਖੇਤਾਂ 'ਚ ਰਹਿਣ, ਜੋ ਕੁਛ ਵੀ ਆ ਉਹਨਾਂ ਦਾ ਜਿੱਦਾਂ ਹੈ ਆਨੰਦ ਨਾ ਫਸਣ, ਉਹ ਪ੍ਰਬੰਧ ਵਾਸਤੇ ਅਸੀਂ ਲਗਾਤਾਰ ਲੱਗੇ ਹੋਏ ਹਾਂ। ਪਹਿਲਾਂ ਤਾਂ ਬੰਨ ਉੱਚੇ ਕੀਤੇ, ਤਕਰੀਬਨ 53 ਕਿਲੋਮੀਟਰ ਪਿਛਲੇ ਸਾਲ ਅਤੇ 13 ਕਿਲੋਮੀਟਰ 'ਤੇ ਐਤਕੀ ਮਿੱਟੀ ਪਾਈ ਹੈ, ਕਿਉਂਕਿ ਜਿਹੜੇ ਹੈਗੇ 10 ਟਿੱਪਰ ਹੈ ਨਾ, 10 ਟਿੱਪਰਾਂ ਦਾ 40-50 ਹਜ਼ਾਰ ਦਾ ਟਿੱਪਰਾਂ ਦਾ ਕਿਰਾਇਆ, ਫਿਰ ਮਸ਼ੀਨਾਂ, ਫਿਰ ਤੇਲ, ਉਹਦੇ ਵਿੱਚ ਤਕਰੀਬਨ 2.5 ਲੱਖ ਰੁਪਈਏ ਦਾ ਜਿਹੜਾ ਹੈਗਾ ਰੋਜ਼ ਦਾ ਖਰਚਾ। ਵੇਖੋ ਜੀ ਦਰਸ਼ਕੋ, 2.5 ਲੱਖ ਰੋਜ਼ ਦਾ ਖਰਚਾ ਹੈ ਅਤੇ ਸਰਕਾਰ ਨੇ ਅਜੇ ਤਾਂ ਹੀ 1,00,000 ਰੁਪਈਏ ਦਾ ਚੈੱਕ ਦਿੱਤਾ ਹੈ 3 ਸਾਲਾਂ ਦੇ ਵਿੱਚ, ਦੋ ਸਾਲਾਂ ਦੇ ਵਿੱਚ। ਬਾਬਾ ਜੀ ਆਹ ਜਿਹੜੀ ਮਿੱਟੀ ਜਾ ਰਹੀ ਹੈ ਇਹ ਵੀ ਕਿਸੇ ਦਾ ਫਾਇਦਾ ਕਰ ਰਹੀ ਹੈ? ਜਿਹੜੇ ਹੈਗੇ ਇੱਕ ਤਾਂ ਬੰਨਾਂ ਦੇ ਉੱਤੇ ਮਿੱਟੀ ਪਾ ਰਹੇ ਹਾਂ, ਦੂਸਰੇ ਜਿਹੜੇ ਪਏ ਸੀਗੇ ਆਪਣੇ ਟੋਏ ਜਿਸ ਤਰ੍ਹਾਂ 88 ਦੇ ਵਿੱਚ, ਦੂਸਰੇ ਜਿਹੜੇ ਹੈਗੇ ਜ਼ਿਮੀਂਦਾਰਾਂ ਦੇ ਹੜ੍ਹਾਂ ਕਰਕੇ, ਦੂਸਰੇ ਜਿਹੜੇ ਜਿੱਦਾਂ ਗਰਾਊਂਡਾਂ ਪਿੰਡਾਂ ਦੀਆਂ ਉਹਨਾਂ ਦੇ, ਜਿਸ ਤਰ੍ਹਾਂ ਗਿੱਦਰ ਪਿੰਡੀ ਵਾਲੇ ਉਹਨਾਂ ਦੇ ਪੁਲਾਂ ਦੇ, ਉਹਨਾਂ ਦੇ ਗਰਾਊਂਡਾਂ ਦੇ ਵਿੱਚ, ਦਾਰੇਵਾਲ, ਚੰਨ ਪਿੰਡੀ ਜਿਹੜੇ ਹੈਗੇ ਵੱਖ ਵੱਖ, ਫਿਰ ਰਾਹਾਂ ਦੇ ਵਿੱਚ ਜਿਹੜੀ ਹੈਗੀ ਜਿੱਥੇ ਕਿਤੇ ਨੀਵੇਂ ਆ, ਜਿਹੜੇ ਖੇਤ ਆ ਨੀਵੇਂ ਜਿੱਦਾਂ ਜਿਹੜੇ ਕਲਰ ਵਾਲੇ ਉਹਨਾਂ ਵਾਸਤੇ ਅੰਮ੍ਰਿਤਾ। ਦਰਸ਼ਕੋ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA। ਮੈਂ ਆਪ ਜੀ ਦਾ ਛੋਟਾ ਵੀਰ ਹਰਪਾਲ ਸਿੰਘ ਮਖੂ। ਜਿਵੇਂ ਆਪ ਜੀ ਜਾਣਦੇ ਹੋ ਵੀ ਅਸੀਂ ਨਵੇਂ ਤੋਂ ਨਵਾਂ ਮੁੱਦਾ ਲੈ ਕੇ ਆਪ ਜੀ ਦੀ ਲੋਕ ਕਚਹਿਰੀ 'ਚ ਪੇਸ਼ ਹੁੰਦੇ ਹਾਂ। ਅੱਜ ਅਸੀਂ ਇੱਥੇ ਪਹੁੰਚੇ ਸਾਂ ਸਤਲੁਜ ਦਰਿਆ ਦੇ ਵਿੱਚ, ਵੀ ਜਿੱਥੇ ਹਰ ਸਾਲ ਪਾਣੀ ਆਉਂਦਾ ਅਤੇ 1,000 ਏਕੜ ਹੜ੍ਹ ਦੀ ਭੇਟ ਚੜ੍ਹ ਜਾਂਦੀਆਂ ਫਸਲਾਂ, ਪਰ ਸਰਕਾਰਾਂ ਦਾ ਇਸ ਵੱਲ ਧਿਆਨ ਹੀ ਨਹੀਂ ਇਹਨੂੰ ਖਾਲਣ ਲਈ, ਕਿਉਂਕਿ ਅੱਗੇ ਬੰਨ ਦੇ ਡਾਫ ਲੱਗ ਜਾਂਦੀ ਹੈ ਪਾਣੀ, ਮਗਰ ਬੰਨਾਂ ਤੋਂ ਟੁੱਟ ਜਾਂਦਾ ਧੁੱਸੀ ਬੰਨ ਤੋਂ, ਜਿੱਥੇ ਵੀ ਬੰਨ ਖੁਰਿਆ ਹੁੰਦਾ ਜਾਂ ਨੀਵਾਂ ਹੋਇਆ ਹੁੰਦਾ ਉੱਥੋਂ ਕੀ ਪਾਣੀ ਲੰਘ ਜਾਂਦਾ ਅਤੇ 1,000 ਏਕੜ ਫਸਲ ਤਬਾਹ ਹੋ ਜਾਂਦੀ ਹੈ। ਅੱਜ ਤੋਂ 2-3 ਸਾਲ ਪਹਿਲਾਂ ਪਾਣੀ ਬੜੇ ਵੱਡੇ ਪੱਧਰ 'ਤੇ ਆਇਆ, ਉਦੋਂ ਵੀ 550 ਸਾਲਾਂ ਸੀ, ਸੁਲਤਾਨਪੁਰ ਤੱਕ ਉਹ ਹੜ੍ਹ ਦੇ ਪਾਣੀ ਨੇ ਮਾਰ ਕੀਤੀ, ਮਗਰ ਵੀ ਬੇਅੰਤ ਇਲਾਕੇ ਉਹਨੇ ਡੋਬੇ। ਔਰ ਜਿੱਥੇ ਅਸੀਂ ਬੈਠੇ ਹਾਂ ਗਿੱਦੜ ਪਿੰਡੀ ਦਾ ਇਲਾਕਾ, ਤੁਸੀਂ ਉਹਨਾਂ ਦਿਨਾਂ ਦੇ ਵਿੱਚ ਵੀ ਵਹਿੰਦੇ ਰਹੇ ਜੇ ਵੀ ਇਹ ਪਾਣੀ ਦੀ ਮਾਰ ਦੇ ਵਿੱਚ ਰਿਹਾ ਅਤੇ ਪਾਣੀ ਇੱਥੇ ਕਿੰਨੇ ਕਿੰਨੇ ਫੁੱਟ, 10-10 ਫੁੱਟ, 12-12 ਫੁੱਟ ਤੱਕ ਵੀ ਰਿਹਾ। ਉਦੋਂ ਵੀ ਬਾਬਾ ਜੀ, ਬਾਬਾ ਬਲਵੀਰ ਸਿੰਘ ਜੀ ਸੀਚੇਵਾਲ, ਉਦੋਂ ਵੀ ਲੋਕਾਂ ਦੀ ਸੇਵਾ ਦੇ ਵਿੱਚ ਨਿਰੰਤਰ ਰਹੇ। ਪਰ ਮੈਂ ਹੈਰਾਨ ਹਾਂ ਵੀ ਅੱਜ ਤੋਂ 2-3 ਸਾਲ ਹੋ ਗਏ, ਇਹ ਉਦੋਂ ਦੇ ਦਰਿਆ ਦੇ ਵਿੱਚ ਹੀ ਵੜੇ ਨੇ, ਅੱਜ ਅਸੀਂ ਇੱਥੇ ਪਹੁੰਚੇ ਸਾਂ ਅਤੇ ਆਪਾਂ ਬਾਬਾ ਜੀ ਦੀ ਜ਼ਬਾਨੀ ਪੁੱਛਦੇ ਹਾਂ ਵੀ ਐਡੇ ਦਰਿਆ ਨੂੰ ਕਿੰਨੇ ਕਿਲੋਮੀਟਰਾਂ ਦਾ ਤੁਸੀਂ ਖਾਲ ਖਾਲਿਆ, ਅਤੇ ਇਹਦੇ ਲਈ ਤੁਹਾਡੇ ਸਰਕਾਰ ਸਹਿਯੋਗ ਦੇ ਰਹੀ ਹੈ। ਇਹ ਸਾਰਾ ਜਾਣਨ ਦੇ ਲਈ ਅਸੀਂ ਬਾਬਾ ਜੀ ਦੇ ਕੋਲ ਪਹੁੰਚੇ ਹਾਂ। ਬਾਬਾ ਜੀ ਅਸੀਂ ਆਪਣੇ ਚੈਨਲ 'ਤੇ ਆਪ ਜੀ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਮੈਂ ਵੇਖ ਰਿਹਾ ਵੀ ਲਗਭਗ, ਮੈਨੂੰ ਇਉਂ ਲੱਗਦਾ 2019 ਦੇ ਵਿੱਚ ਫਲੱਡ ਹੜ੍ਹ ਆਏ ਸਨ, ਉਦੋਂ ਵੀ ਤੁਸੀਂ ਸੰਗਤਾਂ ਦੀ ਬੜੀ ਵੱਡੇ ਪੱਧਰ 'ਤੇ ਸੇਵਾ ਕੀਤੀ, ਅਤੇ ਬਾਅਦ 'ਚ ਤੁਸੀਂ ਮਤਲਬ ਦਰਿਆ 'ਚ ਵੜਨ ਦਾ ਕਾਰਨ ਕੀ ਹੈ? ਕਿਉਂਕਿ ਉਸ ਵੇਲੇ ਜਿਹੜਾ 3 ਕੁ ਦਿਨ ਅਸੀਂ ਹੜ੍ਹਾਂ ਦੇ ਵਿੱਚ ਪ੍ਰਸ਼ਾਦਾ ਲੈ ਕੇ ਜਦੋਂ ਲੋਕ ਕੋਠਿਆਂ 'ਤੇ ਬੈਠੇ ਸੀ, ਅਤੇ 3 ਦਿਨ ਜਿਹੜੇ ਉਹ ਪ੍ਰਸ਼ਾਦਾ ਲੈ ਕੇ ਗਏ ਆ, ਅਤੇ ਉਹ ਇਹੋ ਜਿਹਾ ਹਾਲਾਤ ਸੀਗੇ ਕਿਉਂਕਿ ਉਹਨਾਂ ਹਾਲਾਤਾਂ ਦੇ ਵਿੱਚ ਕਿਸ਼ਤੀ ਨੂੰ ਪਾਣੀ ਦੇ ਵਿੱਚ ਵਾੜਨਾ ਬੜਾ ਔਖਾ ਸੀਗਾ। ਉਹਦੇ ਵਿੱਚ ਨਾ ਤਾਂ ਅਸੀਂ ਜ਼ਿਆਦਾ ਜਿਹੜੇ ਹੈਗੇ ਆ ਇਹਦੇ ਤਾਰੂ ਸੀਗੇ, ਇਹਦੇ ਚਲਾਉਣ ਦੇ ਮਾਹਰ ਸੀਗੇ ਕਿਸ਼ਤੀ ਦੇ, ਕਿਉਂਕਿ ਅਸੀਂ ਨਦੀ ਦੇ ਵਿੱਚ ਕਿਸ਼ਤੀ ਚਲਾਉਂਦੇ ਰਹੇ ਸੀ। ਪਰ ਉਹ ਹਾਲਾਤਾਂ ਨੂੰ ਦੇਖ ਕੇ ਰਿਹਾ ਨਹੀਂ ਗਿਆ ਅਸੀਂ, ਵਿੱਚ ਤਾਰਾਂ ਟੁੱਟੀਆਂ ਹੋਈਆਂ ਸੀ, ਬਹੁਤ ਕੁਛ ਸੀਗਾ, ਰਿਸਕ ਸੀਗਾ। ਪਰ ਜਦੋਂ ਅਸੀਂ ਆਪਣੇ ਭੈਣ ਭਰਾਵਾਂ ਨੂੰ ਕੋਠਿਆਂ 'ਤੇ ਬੈਠੇ ਦੇਖਦੇ ਸੀ, ਭੁੱਖੇ 'ਤੇ ਆਏ ਦੇਖਦੇ ਸੀ, ਅਤੇ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ 10-10 ਜੀ ਕੋਠਿਆਂ 'ਤੇ ਬੈਠੇ ਸੀਗੇ, ਅਤੇ ਉਹ ਇੰਨੇ ਰੱਬ ਦੇ ਆਸਰੇ ਸੀਗੇ ਵੀ ਜੇਕਰ ਉਹਦਾ ਇੱਕ ਵੀ ਪਿੱਲਰ ਬਹਿ ਜਾਂਦਾ ਤਾਂ ਸਾਰੇ ਦਾ ਸਾਰਾ ਪਰਿਵਾਰ ਉਹਦੇ ਵਿੱਚ ਪਾਣੀ 'ਚ, ਉਹਨਾਂ ਨੂੰ ਕੋਈ ਬਚਾਉਣ ਵਾਲਾ ਨਹੀਂ ਸੀ। ਅਤੇ ਉਸ ਵੇਲੇ ਮਨ ਵਿੱਚ ਸੋਚਿਆ ਵੀ ਕਿਉਂ ਨਾ ਵੀ ਇਹਦਾ ਕੋਈ ਕਾਰਨ ਕੁਛ ਤਾਂ
ਕੁਦਰਤ ਦੇ ਕਾਰਨ ਹੁੰਦੇ ਆ ਉਹਨਾਂ ਨੂੰ ਹੜ੍ਹ ਆਉਂਦਾ ਜਾਂ ਹੜ੍ਹ ਆਉਂਦੇ ਆ ਕੋਈ ਵੱਡੇ ਲੈਵਲ 'ਤੇ ਹੁੰਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਜਾਂ ਆਪਾਂ ਕੁਦਰਤ ਦਾ ਮੁਕਾਬਲਾ ਨਹੀਂ ਕਰ ਸਕਦੇ ਕੁਛ ਗੱਲਾਂ ਜਿਹੜੀਆਂ ਹੁੰਦੀਆਂ ਆਪਾਂ ਟੈਕਨੀਕਲੀ ਆ ਜਿਹੜੀਆਂ ਉਹ ਕਰ ਸਕਦੇ ਹਾਂ ਉਹ ਉਸ ਵੇਲੇ ਅਸੀਂ ਦੇਖਿਆ ਕਿ ਇਹਦਾ ਕੀ ਅਸੀਂ ਕਰ ਸਕਦੇ ਹਾਂ ਉਸ ਵੇਲੇ ਸਾਨੂੰ ਲੱਗਾ ਕਿ ਬੰਨ ਜਿਹੜੇ ਨੀਵੇਂ ਆ ਇਹਨਾਂ 'ਤੇ ਮਿੱਟੀ ਨਹੀਂ ਪਾਈ ਗਈ ਮਿੱਟੀ ਪਾਈਏ ਅਤੇ ਅਸੀਂ ਕਾਫੀ ਏਰੀਏ ਦੇ ਵਿੱਚ ਜਿਹੜਾ ਹੈਗਾ ਕਾਂ ਵਾਲੇ ਪੱਤਣ ਤੋਂ ਲੈ ਕੇ ਜਿਹੜਾ ਹੈ ਦਰਿਆ ਦੇ ਉੱਤੇ ਮਿੱਟੀ ਸਾਰੇ ਦੇ ਉੱਤੇ ਜਿਹੜੀ ਲੈਵਲਿੰਗ ਕਰਵਾ ਕੇ ਜੇ ਕਿਤੇ 2 ਫੁੱਟ ਕਿਤੇ 3 ਫੁੱਟ ਕਿਤੇ 4 ਫੁੱਟ 5 ਫੁੱਟ ਤੀਕਰ ਸਾਰੇ 'ਤੇ ਮਿੱਟੀ ਪਵਾਈ ਜਦੋਂ ਇੱਥੇ ਆਣ ਕੇ ਗਿੱਦੜ ਪਿੰਡੀ ਦੇ ਲੋਕ ਵਗੈਰਾ ਬਾਬਾ ਜੀ ਇੱਥੋਂ ਮਿੱਟੀ ਜਿਹੜੀ ਕੱਢਣ ਵਾਲੀ ਹੈ ਜਿਸ ਕਰਕੇ ਹੜ੍ਹ ਆਇਆ ਜਦੋਂ ਇੱਥੇ ਆਣ ਕੇ ਦੇਖਿਆ ਸਾਡੇ ਨਾਲ ਡੀ ਸੀ ਵੀ ਸੀਗਾ ਐਸ ਡੀ ਐਮ ਵੀ ਸੀ ਰੇਲਵੇ ਵਿਭਾਗ ਵੀ ਸੀ ਇਹ ਦੇਖਿਆ ਅਤੇ ਅਸਲ ਵਿੱਚ ਇਉਂ ਲੱਗਾ ਕਿ ਜਿਹੜੀ ਅਸਲ ਕਾਰਨ ਹੜ੍ਹ ਦਾ ਬੰਨਾਂ ਦਾ ਨੀਵੇਂ ਹੋਣ ਨਾਲੋਂ ਵੀ ਇਹਦਾ ਦਰਿਆ ਦੇ ਜਿਹੜੇ ਗਿੱਦੜ ਪਿੰਡੀ ਵਾਲਾ ਪੌਲਾ ਇਹਦੇ 21 ਦਰਿਆਂ ਦੇ ਵਿੱਚੋਂ ਜਿਹੜੇ ਹੈਗੇ ਆ 18-17 ਤੇ ਬੰਦ ਆ ਸਿਰਫ 3 ਦਰਿਆਂ ਦੇ ਵਿੱਚ ਦੀ ਪਾਣੀ ਲੰਘਦਾ ਸੋ ਇਹਦੇ ਵਿੱਚ ਇੰਨੇ ਨਹੀਂ ਮਿੱਟੀ ਹੈ ਕਿ 19 ਫੁੱਟ ਦੀ ਜਿਹੜੀ ਕਪੈਸਿਟੀ ਹੈ ਉਹਦੇ ਵਿੱਚ ਸਿਰਫ 2.5-2.5 ਡੇਢ ਫੁੱਟ ਜਿਹੜਾ ਹੈਗਾ 2-2 ਫੁੱਟ ਪਾਣੀ ਲੰਘ ਸਕਦਾ ਸੀ ਬਾਕੀ ਸਾਰੀ ਬਲੋਕੇਜ ਸੀ ਅਤੇ ਜਦੋਂ ਰਾਹ ਹੀ ਬੰਦ ਆ ਪਾਣੀ ਨੇ ਲੰਘਣਾ ਕਿੱਥੇ ਸੀ ਪਾਣੀ ਇੱਧਰ ਦੀ ਆਉਣ ਦੀ ਬਜਾਏ ਉਹ ਪਿੱਛੇ ਉਹਨੇ ਬੰਨਾਂ ਦੇ ਉੱਤੇ ਪਾ ਪ੍ਰੈਸ਼ਰ ਬੰਨ ਟੁੱਟ ਗਿਆ ਜੇ ਇਹਦੇ ਨਾਲ ਟੁੱਟਦਾ ਇਧਰਲੇ ਬੰਨੇ ਟੁੱਟ ਜਾਂਦਾ ਹੜਨੇ ਤਾਂ ਮਰਨੇ ਤਾਂ ਲੋਕ ਹੀ ਸੀ ਲੱਭ ਹੀ ਲੈਣਾ ਸੀ ਸੋ ਉਹਦੇ ਵਿੱਚ ਜਿਹੜੇ ਉਹ ਹਾਲਾਤ ਦੇਖੇ ਵੀ ਮਗਰੋਂ ਉਸ ਨੇ ਪ੍ਰਸ਼ਾਦੇ ਲਿਜਾਣ ਨਾਲੋਂ ਮਗਰੋਂ ਉਹਨਾਂ ਦੀ ਸੇਵਾ ਕਰਨ ਨਾਲੋਂ ਕਿਉਂਕਿ ਜਦੋਂ ਕੋਈ ਸਾਡਾ ਭੈਣ ਭਰਾ ਇਹੋ ਜਿਹੀ ਅਵਸਥਾ ਵਿੱਚ ਆ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਾ ਤਾਂ ਸਾਡਾ ਫਰਜ਼ ਆ ਹਰ ਕੋਈ ਖੜ੍ਹਦਾ ਉਹਨਾਂ ਨੂੰ ਵੀ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਪਰ ਉਹਨਾਂ ਨੂੰ ਆਪਾਂ ਬਹੁਤਾ ਕੁਛ ਨਹੀਂ ਦੇ ਸਕਦੇ ਰੋਟੀ ਪਾਣੀ ਜੇ 4 ਦਿਨ ਦੇ ਦਾਂਗੇ ਤਾਂ ਕੀ ਹੈ ਜੇ ਪਸ਼ੂਆਂ ਨੂੰ 4 ਦਿਨ ਚਾਰਾ ਦਵਾ ਦੇਤਾ ਤਾਂ ਉਹਦੇ ਨਾਲ ਕੀ ਹੈਗਾ ਜੇ ਸਰਕਾਰ ਨੇ ਵੀ ਜਿਹੜਾ ਹੈਗਾ 12,000 ਰੁਪਈਆ 5 ਖੇਤਾਂ ਦਾ ਦੇਤਾ ਕਿਉਂਕਿ ਜਿਹਦਾ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਵਾਸਤੇ ਜਿਹੜਾ ਹੈਗਾ ਉਹਨੂੰ ਇੰਨਾ ਹੀ ਆ ਵੀ ਧਰਵਾਸ ਹੀ ਹੈ ਪਰ ਜਿਹੜਾ ਅਸਲ ਕਾਰਨ ਉਹਨਾਂ ਦਾ ਰੁਣ ਦਾ ਜੇ ਉਹ ਹੱਲ ਹੋ ਜਾਵੇ ਉਹ ਆਪਦੇ ਘਰਾਂ 'ਚ ਰਹਿਣ ਬੱਚੇ ਪੜ੍ਹਨ ਪਸ਼ੂ ਖੇਤਾਂ 'ਚ ਰਹਿਣ ਜੋ ਕੁਛ ਵੀ ਆ ਉਹਨਾਂ ਦਾ ਜਿੱਦਾਂ ਹੈ ਆਨੰਦ ਨਾ ਫਸਣ ਉਹ ਪ੍ਰਬੰਧ ਵਾਸਤੇ ਅਸੀਂ ਲਗਾਤਾਰ ਲੱਗੇ ਹੋਏ ਹਾਂ ਪਹਿਲਾਂ ਤਾਂ ਬੰਨ ਉੱਚੇ ਕੀਤੇ ਤਕਰੀਬਨ 53 ਕਿਲੋਮੀਟਰ ਪਿਛਲੇ ਸਾਲ ਅਤੇ 13 ਕਿਲੋਮੀਟਰ 'ਤੇ ਐਤਕੀ ਮਿੱਟੀ ਪਾਈ ਹੈ ਫਿਰ ਜਿਹੜੇ 19 ਦੇ ਵਿੱਚ ਜਿੱਥੇ ਜਿਹੜੇ ਟੋਏ ਪੈ ਗਏ 8 ਦੇ ਵਿੱਚ ਟੋਏ ਪੈ ਗਏ ਅਤੇ ਜਿਹੜੇ ਹੁਣ 1988 ਵਿੱਚ ਜਿਹੜਾ ਹੜ੍ਹ ਆਇਆ ਸੀ ਉਹਦੇ ਜਿਹੜੇ ਟੋਏ ਪਏ ਆ ਉਹ ਟੋਏ ਪੂਰ ਰਹੇ ਆ ਸੋ ਕੋਸ਼ਿਸ਼ ਆ ਕਿ ਇਹ ਜਿਹੜੇ ਪਿਛਲੇ ਸਾਲ ਵੀ ਇੱਥੋਂ ਮਿੱਟੀ ਚੱਕੀ ਸੀ ਫਿਰ ਦੁਬਾਰਾ ਜਿਹੜੀ ਹੈਗੀ ਪਿਛਲੇ ਸਾਲ ਫਿਰ ਮਿੱਟੀ ਆ ਗਈ ਮੋਹਰੇ ਬਲੋਕ ਸੀ ਰੁਕ ਗਿਆ ਹੁਣ ਇਹਨੂੰ ਦੁਬਾਰਾ ਗਾਂਹ ਤੀਕਰ ਅੱਗੇ ਤੀਕਰ ਚੱਕ ਰਿਹਾ ਵੀ ਤਾਂ ਕਿ ਜੇ ਪਾਣੀ ਆਵੇ ਤਾਂ ਇਹਨੂੰ ਰੋੜ ਕੇ ਅੱਗੇ ਲੈ ਜਾਵੇ ਇਹਨੂੰ ਇਹਦਾ ਜਿਹੜਾ ਹੈਗਾ ਰਸਤਾ ਬਣਾ ਰਹੇ ਹਾਂ ਪਿਛਲੇ ਸਾਲ ਵੀ ਕਿਉਂਕਿ ਪਹਿਲਾਂ ਦਰਿਆ ਇਧਰਲੇ ਬੰਨੇ ਵਗਦਾ ਸੀ ਪਿਛਲੇ ਸਾਲ ਜਿਹੜਾ ਹੈਗਾ ਇਹਦੀ ਪਟਾਈ ਕਰਕੇ ਦਰਿਆ ਦਾ ਮੂੰਹ ਮੋੜਿਆ ਵੈਸੇ ਬੜੀ ਮਿਹਨਤ ਆਈ ਦਰਿਆਵਾਂ ਦੇ ਮੂੰਹ ਸਿਆਣੇ ਕਹਿੰਦੇ ਮੋੜੇ ਨਹੀਂ ਜਾਂਦੇ ਤੁਸੀਂ ਮੋੜਤਾ ਹਾਂ ਸੰਗਤ ਨੇ ਮੋੜਿਆ ਅਸੀਂ ਤਾਂ ਕੀ ਕਰ ਸਕਦੇ ਸੰਗਤ ਨੇ ਮੋੜਿਆ ਤਾਂ ਮੁੜਿਆ ਦੇਖਦਾ ਵੀ ਆ ਵੀ ਇੱਧਰਲੇ ਬੰਨੇ ਦੀ ਹੁਣ ਪਾਣੀ ਸੈਂਟਰ ਵਿੱਚ ਦੀ ਲੰਘਦਾ ਪਰ ਜੇ ਪਾਣੀ ਵਾਧੂ ਆਵੇ ਤਾਂ ਇੱਥੋਂ ਦੀ ਹੋ ਕੇ ਲੰਘ ਜਾਵੇ ਪਰ ਜਿਹੜਾ ਹੈਗਾ ਦਰਿਆ ਸੈਂਟਰ 'ਚ ਹੀ ਰਹੂਗਾ ਕਿਉਂਕਿ ਉਹਦਾ ਜਿਹੜਾ ਥੱਲਿਓਂ ਬੰਨ ਵਾ ਉਹ ਥੱਲਿਓਂ ਲੈ ਕੇ ਲੱਗਾ ਹੋਇਆ ਸੋ ਇਹਦੇ ਨਾਲ ਇਹ ਕਿ ਜਿਹੜੀ ਆ ਦੁਬਾਰਾ ਮਿੱਟੀ ਕੱਢਣ ਵਾਸਤੇ ਬੜੀ ਸੌਖ ਹੋ ਗਈ ਅਤੇ ਨੇੜਿਓਂ ਦੀ ਮਿੱਟੀ ਲੰਘੀ ਨਹੀਂ ਤਾਂ ਉੱਪਰਲੇ ਬੰਨੇ ਦੀ ਜਾ ਕੇ ਮਿੱਟੀ ਕੱਢਦੇ ਸੀ ਸੋ ਇਹ ਇੱਕ ਪਾਣੀ ਜਦੋਂ ਸਿੱਧਾ ਵਗਦਾ ਤਾਂ ਫਿਰ ਉਹ ਦੋ ਬੰਨੇ ਤੋਂ ਕਟਾਈ ਨਹੀਂ ਕਰਦਾ ਪਾਣੀ ਸਿੱਧਾ ਨਿਕਲ ਜਾਂਦਾ ਜਦੋਂ ਟੇਢਾ ਵਗਦਾ ਉਹਨੇ ਇੱਕ ਬੰਨੇ ਵੱਢੀ ਜਾਣਾ ਵਾ ਅਤੇ ਦੂਸਰੇ ਬੰਨੇ ਛੱਡੀ ਜਾਣਾ ਕਿਉਂ ਉਹਨੂੰ ਉਹ ਜ਼ਮੀਨ ਨੂੰ ਬੜਾ ਖਰਾਬ ਕਰਦਾ ਇਸ ਕਰਕੇ ਹੁਣ ਦਰਿਆ ਜਿਹੜਾ ਹੈਗਾ ਸਿੱਧਾ ਹੋ ਗਿਆ ਉਹਦੇ ਨਾਲ ਇਹ ਜ਼ਮੀਨ ਵੀ ਨਹੀਂ ਖਰਾਬ ਹੋਊਗੀ ਅਤੇ ਜਿਹੜੀ ਜ਼ਮੀਨ ਜਿਨ੍ਹਾਂ ਦੀਆਂ ਖੇਤਾਂ 'ਚ ਜਿਨ੍ਹਾਂ ਦੀ ਜਾਂ ਉਹਨਾਂ ਨੂੰ ਕਹਿ ਕੇ ਜਿਹੜਾ ਹੈਗਾ ਉਹ ਥੱਲੇ ਜਿਹੜੇ ਹੈਗੇ ਆ ਫਿਰ ਉਹ ਬੀਜ ਸਕਦੇ ਉਹਨਾਂ ਦੀ ਖੇਤ ਵੀ ਥੱਲੇ ਹੋ ਗਏ ਕਿਉਂਕਿ ਪਹਿਲਾਂ ਵੀ ਇੱਥੇ ਸੀਗੇ ਮਿੱਟੀ ਆਉਣ ਨਾਲ ਉੱਚੇ ਹੋ ਗਏ ਸੀ ਉਹਦੇ ਵਿੱਚ ਸਗੋਂ ਫਸਲ ਵੀ ਨਹੀਂ ਹੁੰਦੀ ਸੀ ਇੱਥੇ ਫਸਲ ਵੀ ਹੋਊਗੀ ਦਰਸ਼ਕੋ 10-12 ਕਿੱਲੇ ਦਾ ਖਾਲ ਖਾਲਣਾ ਬੜਾ ਔਖਾ ਹੈ ਪਰ ਦਰਿਆ ਜਦੋਂ ਖਾਲਣ ਦੀ ਗੱਲ ਕਰੀਏ ਉਦੋਂ ਸਰਕਾਰਾਂ ਵੀ ਅੱਖਾਂ ਮੀਟ ਜਾਂਦੀਆਂ ਪੈਰ ਖਿਸਕਾਉਣ ਲੱਗ ਪੈਂਦੀਆਂ ਪਰ ਵੇਖੋ ਬਾਬਾ ਜੀ ਨੇ ਆਪਾਂ ਵੇਖਦੇ ਹਾਂ ਵੀ ਬਾਬਾ ਜੀ ਕਿੰਨੇ ਕਿਲੋਮੀਟਰ ਦਾ ਹੋਏਗਾ ਜਿਹੜਾ ਤੁਸੀਂ ਖਾਲਿਆ ਇਹ ਤਕਰੀਬਨ 1.5 ਕਿਲੋਮੀਟਰ ਸਿੱਧਾ ਹੋਇਆ ਜਿਹੜਾ ਇਹਦੇ ਵਿੱਚ ਪਟਾਈ ਕਰਕੇ ਕੀਤਾ ਹੁਣ ਆਹ ਜਿਹੜੀ ਹੈਗੀ ਸਾਰੇ ਸਾਫ਼ ਕਰਤੇ ਦਰ ਇਹ 10 ਦਰੇ ਜਿਹੜੇ ਹੈਗੇ 10-12 ਹੀ ਹੋ ਜਾਣੇ ਦਰੇ ਕਿਉਂਕਿ ਅਗਲੇ ਪਟਾਈ ਹੋਈ ਹੈ ਇਹਦੇ ਵਿੱਚ ਜਿਹੜੇ ਹੈਗੇ ਆ ਰਹਿੰਦੇ ਸੀ ਇਹ ਸਾਰੇ ਹੁਣ ਸਾਫ਼ ਹੋ ਜਾਣੇ 12 ਦਰੇ ਸਾਫ਼ ਹੋ ਜਾਣਗੇ ਵਾਹ ਜੀ ਵਾਹ ਵੇਖੋ ਦਰਸ਼ਕੋ
ਜਦੋਂ ਕੋਈ ਇਹੋ ਜਿਹੀ ਕੁਦਰਤੀ ਆਫਤ ਆਉਂਦੀ, ਹੜ੍ਹ ਆਉਂਦਾ, ਉਦੋਂ ਮੇਰੇ ਵਰਗੇ ਸਮਾਜ ਸੇਵੀ ਘਰੋਂ ਬ੍ਰੈਡ ਲੈ ਕੇ, ਬਿਸਕਿਟ ਲੈ ਕੇ, ਸੌਦਾ ਲੈ ਕੇ, ਪ੍ਰਸ਼ਾਦੇ ਲੈ ਕੇ ਆ ਜਾਂਦੇ ਨੇ। ਪਰ ਉਹਦੀ ਬਰੀਕੀ ਦੇ ਵਿੱਚ ਜਾਣਾ ਵੀ ਹੜ੍ਹ ਆਉਣ ਦਾ ਕਾਰਨ ਕੀ ਹੈ, ਵੀ ਅੱਗੇ ਤੋਂ ਆਵੇ ਨਾ, ਜਿਹੜਾ ਕੰਮ ਸਰਕਾਰਾਂ ਨਹੀਂ ਕਰ ਸਕੀਆਂ। ਵੇਖੋ, ਖਰਾਬਾ ਵੀ ਦਿੰਦੀਆਂ ਸਰਕਾਰਾਂ, ਨੋ ਡਾਊਟ ਵੀ ਖਰਾਬਾ ਦਿੰਦੀਆਂ। ਜਦੋਂ ਕਿਸੇ ਦੀ ਫਸਲ ਮਰ ਜਾਂਦੀ ਹੈ, ਮੰਨ ਲਓ 60,000 ਦੀ ਫਸਲ ਮਰੀ, ਅਤੇ ਉਹਨਾਂ ਦੇ ਅਥਰੂ ਪੂੰਝਣ ਲਈ ਸਰਕਾਰ ਘੱਟੋ ਘੱਟ 10-12,000 ਰੁਪਇਆ ਦੇ ਦਿੰਦੀ ਹੈ, ਜੋ ਉਹਨਾਂ ਦਾ ਖਰਚਾ ਆਇਆ ਹੁੰਦਾ। ਪਰ ਉਹਦੇ ਨਾਲ ਵੀ ਉਹਨਾਂ ਦੀ ਪੂਰਤੀ ਨਹੀਂ ਹੁੰਦੀ। ਬਾਬਾ ਜੀ ਨੂੰ ਪੁੱਛਾਂ ਵੀ ਕਰੋੜਾਂ ਰੁਪਈਆ ਸਰਕਾਰ ਲੋਕਾਂ ਨੂੰ ਹੜ੍ਹਾਂ ਦੀ ਮਾਰ ਦਾ ਦਿੰਦੀ ਹੈ, ਖਰਾਬਾ ਦੇ ਵਜੋਂ ਦਿੰਦੀ ਹੈ, ਪਰ ਮੈਂ ਪੁੱਛਣਾ ਚਾਹਾਂਗੀ ਵੀ ਸਰਕਾਰ ਇੱਥੇ ਵੀ ਤੁਹਾਨੂੰ ਕੋਈ ਸਹਿਯੋਗ ਦੇ ਰਹੀ ਹੈ? ਕਿਉਂਕਿ ਜਿਹੜੀ ਪਿਛਲੇ ਸਾਲ ਵੀ ਸ਼ਾਇਦ 132 ਕਰੋੜ ਰੁਪਈਆ ਸਰਕਾਰ ਨੇ ਵੰਡਿਆ, ਕਿਉਂਕਿ ਜਿਹਨਾਂ ਖਰਾਬੇ ਦਾ ਵੰਡਿਆ, ਕਿਉਂਕਿ 5-5 ਖੇਤਾਂ ਦਾ ਜ਼ਿੰਮੀਦਾਰ ਨੂੰ ਦਿੱਤਾ 12,000 ਦੇ ਹਿਸਾਬ ਦੇ ਨਾਲ, ਕੋਈ ਸੈਂਟਰ ਸਰਕਾਰ ਅਤੇ ਹਾਂ 60,000 ਰੁਪਈਆ। ਪਰ ਉਹਦੇ ਨਾਲ ਵੀ ਜ਼ਿੰਮੀਦਾਰ ਦਾ ਜਿਹਦੀ 60,000 ਦਾ ਹੁੰਦਾ, ਪਰ ਉਹਨੂੰ ਹੁੰਦਾ ਕਿ ਚਲੋ ਉਹਦਾ ਸਹਾਰਾ ਅਗਲਾ ਖਾਦ ਪਾਣੀ ਜਿਹੜਾ ਖਰਚਾ ਮਿਲ ਜਾਂਦਾ ਜਾਂ ਜਿਹੜੀ ਹੈਗੀ ਹੈ, ਪਰ ਜਿਹੜੀ ਉਹ ਦੁਬਾਰਾ ਬੇਘਰ ਹੀ ਨਾ ਹੋਵੇ। ਸੋ ਉਹਦੇ ਵਾਸਤੇ ਜਿਹੜੀ ਹੈਗੀ ਸਰਕਾਰਾਂ ਦਾ ਤਾਂ ਧੰਨਵਾਦ ਆ, ਅੱਗੋਂ ਜਿਹੜਾ ਹੈਗਾ ਸਹਿਯੋਗ ਦੇ ਰਹੀ ਹੈ, ਇਹਦੇ ਵਿੱਚੋਂ ਜਿਹੜਾ ਹੈਗਾ ਟੈਕਨੀਕਲੀ ਜਿਹੜਾ ਹੈਗਾ ਉਹ ਮਨਜ਼ੂਰੀ ਦਿੱਤੀ ਉਹਨਾਂ ਨੇ, ਅਤੇ ਨਾਲ ਉਹ ਸਹਿਯੋਗ ਕਰ ਰਹੀ ਹੈ। DC ਸਾਹਿਬ ਵੀ 2 ਵਾਰੀ ਆਏ, 2,00,000 ਰੁਪਈਏ ਦਾ ਉਹ ਸਹਿਯੋਗ ਕਰਕੇ ਗਏ। ਪਰ ਦੇਖ 2,00,000 ਜਿਵੇਂ ਮੈਂ ਇੱਥੇ ਵੇਖ ਰਿਹਾ, ਜਿੰਨੇ ਟਿੱਪਰ ਲੱਗੇ ਨੇ, ਜਿੱਡੀਆਂ ਵੱਡੀਆਂ ਵੱਡੀਆਂ ਮਸ਼ੀਨਾਂ, ਮੈਨੂੰ ਤਾਂ ਇਉਂ ਲੱਗਦਾ ਵੀ 1,00,000 ਰੁਪਈਏ ਤਾਂ ਰੋਜ਼ ਦਾ ਖਰਚਾ ਹੋਏਗਾ ਉਹਨਾਂ ਦੇ, 1-1 ਲੱਖ ਨਾ। ਹਾਂਜੀ, ਨਹੀਂ, ਕਿਉਂਕਿ ਜਿਹੜੇ ਹੈਗੇ 10 ਟਿੱਪਰ ਹੈ ਨਾ, 10 ਟਿੱਪਰਾਂ ਦਾ 40-50,000 ਦਾ ਟਿੱਪਰਾਂ ਦਾ ਕਿਰਾਇਆ, ਫਿਰ ਮਸ਼ੀਨਾਂ, ਫਿਰ ਤੇਲ, ਉਹਦੇ ਵਿੱਚ ਤਕਰੀਬਨ 2.5 ਲੱਖ ਰੁਪਈਏ ਦਾ ਜਿਹੜਾ ਹੈਗਾ ਰੋਜ਼ ਦਾ ਖਰਚਾ। ਵੇਖੋ ਜੀ ਦਰਸ਼ਕੋ, 2.5 ਲੱਖ ਰੋਜ਼ ਦਾ ਖਰਚਾ, ਅਤੇ ਸਰਕਾਰ ਨੇ ਅਜੇ ਤਾਈਂ 1,00,000 ਰੁਪਈਏ ਦਾ ਚੈੱਕ ਦਿੱਤਾ 3 ਸਾਲਾਂ ਦੇ ਵਿੱਚ, ਦੋ ਸਾਲਾਂ ਦੇ ਵਿੱਚ ਕੇਵਲ 2 ਲੱਖ ਰੁਪਈਆ ਕਮਾਲ। MLA ਸਾਹਿਬ ਵੀ ਸਾਨੂੰ 1.5 ਲੱਖ ਰੁਪਈਆ ਦੇ ਗਏ MLA ਸਾਹਿਬ ਨੇ। ਚਲੋ ਕੁਛ ਵੀ ਨਹੀਂ, ਵੀ ਜਿੰਨਾ ਕੁ ਹੁਣ ਤੱਕ ਸਰਕਾਰਾਂ ਨੇ ਜਾਂ MLA ਸਾਹਿਬ ਨੇ ਦਿੱਤਾ, ਉਹਨਾਂ 1 ਦਿਨ ਦਾ ਖਰਚਾ ਬਣਦਾ। ਵੇਖੋ ਦਿਨ ਰਾਤ ਦਰਿਆ ਦੇ ਵਿੱਚ ਵੜੇ ਹੋਏ ਨੇ, ਇਹ ਸੋਚ ਨਾਲ ਵੜੇ ਨੇ ਵੀ ਲੋਕਾਂ ਦੁਬਾਰਾ ਹੜ੍ਹਾਂ ਦੀ ਮਾਰ ਉਹਨਾਂ ਨੂੰ ਝੱਲਣੀ ਨਾ ਪਵੇ, ਲੋਕਾਂ ਦੀਆਂ ਫਸਲਾਂ ਖਰਾਬ ਨਾ ਹੋਣ, ਇਹ ਸਦੀਆਂ ਤੱਕ ਇਹ ਦਰਿਆ ਚੱਲਦੇ ਰਹਿਣ। ਦਰਿਆ ਖਾਲਣੇ ਬੜੇ ਔਖੇ ਨੇ, ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਨੇ, ਦਰਿਆਵਾਂ ਦੇ ਮੂੰਹ ਮੋੜਨੇ। ਵੇਖੋ ਪਾਣੀ ਦੇ ਵਿੱਚ ਰਹਿ ਕੇ ਜਦੋਂ ਅਸੀਂ ਇੱਥੇ ਆਏ ਹਾਂ ਨਾ, ਬਾਬਾ ਜੀ ਖੁਦ ਮਸ਼ੀਨ ਚਲਾ ਰਹੇ ਨੇ। ਆਪਾਂ ਵੇਖਦੇ ਹਾਂ ਦੁਨੀਆਂ ਦੇ ਵਿੱਚ ਸਾਧੂ ਮਹਾਤਮਾ ਬੜੇ ਨੇ, ਪਰ ਇਹੋ ਜਿਹੜੇ ਖੁਦ ਆ ਕੇ ਸੇਵਾ ਕਰਦੇ ਨੇ, ਪਹਿਲੀਆਂ ਵੀ ਆਪਾਂ ਵੇਈ ਦੀਆਂ ਫੋਟੋਆਂ ਵੇਖਦੇ ਹਾਂ, ਵੇਈ ਦੇ ਵਿੱਚ ਵੜ ਕੇ ਉਹਨਾਂ ਨੇ ਉਹ ਵੇਈ ਦੀ ਸੰਭਾਲ ਕੀਤੀ। ਅੱਜ ਇਹ ਦਰਿਆ ਹੜ੍ਹਾਂ ਦੀ ਮਾਰ ਦਾ ਕਾਰਨ ਬਣ ਰਹੇ ਸੀ, ਕਿਉਂਕਿ ਡਾਫ ਲੱਗ ਗਈ। ਇਹਨਾਂ ਨੇ ਕਿਹਾ ਵੀ 21 ਦਰੇ ਨੇ, ਜਿਹਦੇ ਵਿੱਚੋਂ ਕੇਵਲ 2 ਤੇ 3 ਚਾਲੂ ਸਨ, ਅੱਜ ਲਗਭਗ 10 ਤੋਂ 11 ਦਰੇ ਚਾਲੂ ਹੋ ਗਏ ਨੇ। ਔਰ ਬਾਬਾ ਜੀ ਤੁਸੀਂ ਸਾਰੇ ਦਰ ਸਾਫ਼ ਕਰੋਗੇ? ਹਾਂ, ਪਰਲੇ ਬੰਨੇ ਵੀ ਜਿਹੜਾ ਹੈਗਾ ਪਿਛਲੇ ਸਾਲ ਵੀ ਕੁਛ ਮਿੱਟੀ ਕੱਢੀ ਸੀ, ਕਿਉਂਕਿ ਇਹਦਾ ਹੁੰਦਾ ਨਾ ਟਾਈਮ, ਹੁਣ ਜਾ ਕੇ ਜਿਹੜਾ ਹੈਗਾ ਜੁਲਾਈ ਤੀਕਰ, ਜਦੋਂ ਤੀਕਰ ਬਾਰਿਸ਼ਾਂ ਨਹੀਂ ਹੁੰਦੀਆਂ ਉਦੋਂ ਤੀਕਰ ਕੱਢਾਂਗੇ, ਫਿਰ ਦੁਬਾਰਾ ਫਿਰ ਸਿੱਟ ਜਾਂਦੀ ਹੈ ਮਿੱਟੀ, ਦੁਬਾਰਾ ਫਿਰ ਆ ਜਾਂਦੀ ਹੈ। ਸੋ ਕਿਉਂਕਿ ਇਹਦਾ ਜਦੋਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਅਸਲ ਰੁੱਣ ਦਾ ਕਾਰਨ ਇਹਦਾ ਬੰਦ ਹੋਣਾ, ਅਤੇ ਜੇ ਇਹਨੂੰ ਅਸੀਂ ਅੱਖਾਂ ਮੀਟਾਂਗੇ ਤਾਂ ਫਿਰ ਸਮਝ ਲਓ ਵੀ ਉਹ ਹੀ ਆ ਰੋਟੀਆਂ ਵੰਡਣ ਵਾਲੀ ਗੱਲ ਆ, ਫਿਰ ਉਹ ਤਾਂ ਹੁਣ ਤਾਂ ਪੱਕਾ ਪਤਾ। ਪਰ ਅਸੀਂ ਜਿਹੜੀ ਹੈਗੀ ਹੈ ਕੋਸ਼ਿਸ਼ ਕਰਾਂਗੇ, ਮਹਾਰਾਜ ਅੱਗੇ ਅਰਦਾਸ ਵੀ ਹੈ ਬਲ ਬਖਸ਼ਣ, ਅਤੇ ਇਹੋ ਜਿਹੀ ਹਾਲਾਤ। ਬਾਬਾ ਜੀ ਆਹ ਜਿਹੜੀ ਮਿੱਟੀ ਜਾ ਰਹੀ, ਇਹ ਵੀ ਕਿਸੇ ਦਾ ਫਾਇਦਾ ਕਰ ਰਹੀ ਹੈ? ਇਹਦੇ ਨਾਲ ਜਿਹੜੇ ਹੈਗੇ, ਇੱਕ ਤਾਂ ਬੰਨਾਂ ਦੇ ਉੱਤੇ ਮਿੱਟੀ ਪਾ ਰਹੇ ਹਾਂ, ਦੂਸਰੇ ਜਿਹੜੇ ਪਏ ਸੀਗੇ ਆਪਣੇ ਟੋਏ ਜਿਸ ਤਰ੍ਹਾਂ 88 ਦੇ ਵਿੱਚ, ਦੂਸਰੇ ਜਿਹੜੇ ਹੈਗੇ ਜ਼ਿਮੀਂਦਾਰਾਂ ਦੇ ਹੜ੍ਹਾਂ ਕਰਕੇ, ਦੂਸਰੇ ਜਿਹੜੇ ਜਿੱਦਾਂ ਗਰਾਊਂਡਾਂ ਪਿੰਡਾਂ ਦੀਆਂ ਉਹਨਾਂ ਦੇ, ਜਿਸ ਤਰ੍ਹਾਂ ਗਿੱਦਰ ਪਿੰਡੀ ਵਾਲੇ ਉਹਨਾਂ ਦੇ ਪੁਲਾਂ ਦੇ, ਉਹਨਾਂ ਦੇ ਗਰਾਊਂਡਾਂ ਦੇ ਵਿੱਚ ਦਾਰੇਵਾਲ, ਚੰਨ ਪਿੰਡੀ ਜਿਹੜੇ ਹੈਗੇ ਵੱਖ ਵੱਖ, ਫਿਰ ਰਾਹਾਂ ਦੇ ਵਿੱਚ ਜਿਹੜੀ ਹੈਗੀ ਹੈ ਜਿੱਥੇ ਕਿਤੇ ਨੀਵੇਂ ਆ, ਜਿਹੜੇ ਖੇਤ ਆ ਨੀਵੇਂ ਜਿੱਦਾਂ ਜਿਹੜੇ ਕਲਰ ਵਾਲੇ ਉਹਨਾਂ ਵਾਸਤੇ ਅੰਮ੍ਰਿਤ ਆ, ਅਤੇ ਉਹਨਾਂ ਦਾ ਭਲਾ ਹੋ ਰਿਹਾ ਵੀ ਜਿਹੜੇ ਪੀੜਤ ਆ ਉਹਨਾਂ ਦਰਿਆ ਦੀ ਮਿੱਟੀ ਬੜੀ ਉਪਜਾਊ, ਹਾਂ ਜਿਹੜੀ ਹੈਗੀ ਉਹਨਾਂ ਨੂੰ ਫਾਇਦਾ, ਉਹਨਾਂ ਦਾ ਕਲਰ ਮਰ ਰਿਹਾ, ਉਹਨਾਂ ਦੇ ਵਾਸਤੇ ਬੜੀ ਵਧੀਆ ਚੀਜ਼। ਵੇਖੋ ਜੀ ਬਾਬਾ ਜੀ ਇੱਕ ਫਾਇਦਾ ਨਹੀਂ ਕਰ ਰਹੇ, ਇਹ ਵੇਖੋ ਜਿਹਦੀ ਸਿਫਤ ਕਰਨੀ ਬਣਦੀ ਉਹਦੀ ਕਰਨੀ ਚਾਹੀਦੀ। ਸਿਆਣੇ ਕਹਿੰਦੇ ਵੀ ਫੁੱਲ ਨੂੰ ਫੁੱਲ ਕਹਿਣਾ ਗੁਨਾਹ ਨਹੀਂ ਹੁੰਦਾ, ਫੁੱਲ ਨੂੰ ਕੰਡਾ ਕਹਿਣਾ ਇਹ ਇੱਕ ਪਾਪ ਹੋਏਗਾ, ਜਾਂ ਕੰਡੇ ਨੂੰ ਫੁੱਲ ਕਹਿਣਾ ਇਹ ਉਹਦੀ ਖੁਸ਼ਾਮਦੀ ਹੋਵੇਗੀ, ਪਰ ਇੱਥੇ ਸੱਚ ਨੂੰ ਸੱਚ ਕਹਿਣਾ ਬੜਾ ਜ਼ਰੂਰੀ ਹੈ। ਕੇਵਲ ਦਰਿਆ ਹੀ ਨਹੀਂ ਖਾਲੇ ਜਾ ਰਹੇ, ਬਾਬਾ ਜੀ ਕਹਿੰਦੇ ਵੀ ਜਿਹੜੀ ਮਿੱਟੀ ਜਾ ਰਹੀ ਹੈ ਨਾ, ਜਿਹੜੇ 88 ਕਰਕੇ ਪਾੜੇ ਪੈ ਗਏ ਸਨ, ਕਮਜ਼ੋਰ ਜ਼ਿਮੀਂਦਾਰ 1-2 ਕਿੱਲਿਆਂ ਵਾਲੇ ਜਿਹੜੇ ਉਹਨੂੰ ਭਰ ਹੀ ਨਹੀਂ ਸੀ ਸਕਦੇ, ਇਹ ਮਿੱਟੀ ਉਹਨਾਂ ਖੇਤਾਂ ਦੇ ਵਿੱਚ ਜਾ ਰਹੀ ਹੈ ਵੀ ਜਿਹੜਾ ਪਾਣੀ ਨਾਲ ਡੂੰਘੇ ਪਾੜ ਪੈ ਗਏ ਸਨ, ਉਹ ਪੈੜੀ ਨੂੰ ਫਿਰ
उपजाऊ कर रहे ने, पैदावार वास्ते उहदे विच मिट्टी पै रही है। और जिहड़े पिंडां दे ग्राउंड सन जिथे कोई बारिश आउंदी सी उत्थे चिक्कड़ हो जांदा सी, बच्चे कई कई दिन तक खेड नहीं सी सकदे। जिहड़ियां जमीनां बाबा जी ने दस्सिया भी उपजाऊ नहीं सन, नीवियां सन, और गरीब किसान आके जदों कहिंदे ने भी ये मिट्टी नूं साडे खेतां दे विच सट्टिया जाए, ते बाबा जी बिल्कुल फ्री सट रहे हो? मिट्टी दे असीं कोई पैसे नहीं लैंदे, थोड़ा बहुत तेल दा जिहड़ा हैगा उहनों को उहनों को लैंदे हां। चलो पिंडां दे विचों जिहड़े मान लो भी पंचायतां जिहड़े ग्राउंडां दे विच मिट्टी पै रही, केवल मिट्टी दा खर्चा नहीं केवल तेल लिया जा रहा है, ते जिहड़े गरीब जिमीदार ने जिवें तुसीं कहा भी वह जिहड़े पाड़े पै गए सन असीं उह वी भर रहे, उह जिमीदार भी कुछ दे रहे ने? नहीं, उह फ्री उहनां दे असीं भर रहे, जिमीदारां नूं बिल्कुल फ्री है। ये बड़ी वड्डी सेवा है। वेखो अज इत्थे आए सां, वेख के मन बड़ा प्रसन्न होया भी किड्डी अगमी सोच है, अगां वधू सोच है भी कई साल तक यह इलाका फिर सेफ हो जाएगा। ये दर बंद होने करके हमेशा पानी की मार ये इलाका चलता रहा है। ये बाबे नानक की नगरी सी और बाबे नानक की नगरी की ये सेवा कर रहे हैं, पहला वेज की की हूँ ये सुल्तानपुर एरिया जिहड़ा हर वारी गिद्दड़ पिंडी डुबदा सी इहनूं बचाउण लई दिन रात एक कर रहे ने। बाबा जी अखीर दे विच देश विदेश दीआं संगतां नूं और की कहना चाहोगे सरकारां नूं? असीं तां सारिआं नूं इही बेनती करांगे बाणी दा लेखा कि अपना हत्थीं अपना आपे ही काज सवारीए, किसी नूं माड़ा कहण दी बजाए, किसी दी आलोचना करन दी बजाए असीं की कर सकदे हां, ते जिन्नी कि समर्था है असीं ਇਹਨਾਂ ਦੇ ਕਾਰਜਾਂ ਵਿੱਚ ਜੇ ਹਿੱਸਾ ਪਾ ਸਕਦੇ ਤਨ ਮਨ ਧਨ ਦੇ ਨਾਲ ਹਿੱਸਾ ਪਾਈਏ। ਸੋ ਜੇਕਰ ਅਸੀਂ ਸਾਰੇ ਆਪਣੇ ਆਪਣੇ ਜਿਹੜੇ ਹੈਗੇ ਆ ਸੁਚੇਤ ਹੋ ਜਾਵਾਂਗੇ, ਮਗਰੋਂ ਅਸੀਂ ਇਹਨਾਂ ਦਾ ਕੁਛ ਨਹੀਂ ਸਵਾਰ ਸਕਦੇ, ਮਗਰੋਂ ਬਹੁਤਾ ਕੀਤਾ ਹੋਇਆ ਵੀ ਇਹਨਾਂ ਵਾਸਤੇ ਬਹੁਤ ਥੋੜ੍ਹਾ ਹੋਊਗਾ, ਹੁਣ ਇਹਨਾਂ ਵਾਸਤੇ ਥੋੜ੍ਹਾ ਕੀਤਾ ਹੋਇਆ ਵੀ ਬਹੁਤ ਵੱਡੀ ਗੱਲ ਆ। ਆਪਦੇ ਘਰਾਂ 'ਚ ਵੱਸਦੇ ਰਹਿਣਗੇ, ਇਹਨਾਂ ਦੇ ਜਿਹੜੇ ਪਰਿਵਾਰ ਆ ਬੱਚੇ ਆ, ਜਦੋਂ ਹੜ੍ਹ ਆ ਜਾਂਦਾ ਉਦੋਂ ਬਹੁਤ ਔਖਾ ਹੈ ਪਰਿਵਾਰਾਂ ਵਾਸਤੇ, ਬੱਚਿਆਂ ਵਾਸਤੇ, ਪੜ੍ਹਾਈ ਵਾਸਤੇ, ਪਸ਼ੂਆਂ ਵਾਸਤੇ। ਜਿਹੜੇ ਛੋਟੇ ਮੋਟੇ ਦਰਖਤ ਲਾਏ ਹੁੰਦੇ ਆ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਖਤਮ ਹੋ ਜਾਂਦੇ ਆ, ਦੁਬਾਰਾ ਫਿਰ ਨਵਾਂ ਜੀਵਨ ਜਿਹੜਾ ਹੈਗਾ ਉਹ ਸ਼ੁਰੂ ਕਰਨ ਵਾਲੀ ਗੱਲ ਹੁੰਦੀ ਹੈ। ਸੋ ਬਹੁਤ ਵੱਡੀ ਤਲਾਸ਼ ਦੀ ਅਸੀਂ ਦੇਖੀ ਹੈ, ਅਤੇ ਉਹੀ ਮਨ ਨੂੰ ਡਰਾਉਂਦੀ ਆ ਵੀ ਦੁਬਾਰਾ ਇਹੋ ਜਿਹੇ ਹਾਲਾਤ ਨਾ ਬਣਨ। ਉਹਦੇ ਵਾਸਤੇ ਜਿੰਨੇ ਕੁ ਗੁਰੂ ਮਹਾਰਾਜ ਨੇ ਹਿੰਮਤ ਬਖਸ਼ੀਏ ਲੱਗੇ ਹੋਏ ਹਾਂ ਅਤੇ ਗੁਰਸੰਗਤਾਂ ਦਾ ਸਹਿਯੋਗ ਆ, ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਹਾਂ, ਗੁਰਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਰਲ ਕੇ ਇਹ ਸਾਰੇ ਕਾਰਜਾਂ ਨੂੰ ਜਿਹੜਾ ਹੈ ਨੇਪਰੇ ਚੜ੍ਹਾਈਏ, ਤਾਂ ਕਿ ਇਹ ਸਾਡੇ ਵੀਰ ਭੈਣ ਭਰਾ ਇਹ ਗਰੀਬ ਲੋਕ ਜਿਹੜੇ ਲਾਚਾਰ ਹੋ ਕੇ ਸੜਕਾਂ 'ਤੇ ਆਉਂਦੇ ਆ ਉਹ ਦੁਬਾਰਾ ਨਾ ਆਉਣ, ਉਹਦੇ ਵਾਸਤੇ ਆਪਾਂ ਜ਼ਰੂਰ ਇਹਨਾਂ ਦੇ ਨਾਲ ਸਹਿਯੋਗੀ ਹੋਈਏ। ਦਰਸ਼ਕੋ, ਹੜ੍ਹ ਦਾ ਸੁਭਾਅ ਮਕਸਦ ਕੇਵਲ ਤਬਾਹੀ ਮਚਾਉਣਾ ਹੁੰਦਾ ਹੈ। ਜਦੋਂ ਹੜ੍ਹ ਆਉਂਦਾ ਮੈਂ ਵੇਖਦਾ ਵੀ ਦੇਸ਼ਾਂ ਵਿਦੇਸ਼ਾਂ ਦੇ ਵੀਰ ਭਰਾ ਸਾਰੇ ਉਸ ਵੇਲੇ ਆਪਣਾ ਦਸ਼ਮੰਦ ਭੇਜਦੇ ਨੇ, ਉਹਨਾਂ ਨੂੰ ਰਾਸ਼ਨ ਪਾਣੀ ਪਹੁੰਚਾਉਂਦੇ ਨੇ, ਉਹਨਾਂ ਦੇ ਪਸ਼ੂਆਂ ਵਾਸਤੇ ਚਾਰੇ ਦਾ ਪ੍ਰਬੰਧ ਕਰਦੇ ਨੇ, ਉਹਨਾਂ ਦੇ ਬੱਚਿਆਂ ਨੂੰ ਖਾਣ ਪੀਣ ਦਾ ਪ੍ਰਬੰਧ ਕਰਦੇ ਨੇ। ਪਰ ਵੇਖੋ ਉਹ ਹੜ੍ਹ ਆਵੇ ਹੀ ਨਾ, ਆਪਣੇ ਦਸ਼ਮੰਦ ਨੂੰ ਸਹੀ ਲੇਖੇ ਦੇ ਵਿੱਚ ਲਾਓ। ਆਪਾਂ ਵੇਖੋ ਹੋਰਾਂ ਥਾਵਾਂ 'ਤੇ ਦਸ਼ਮੰਦ ਭੇਜੀ ਜਾਂਦੇ ਹਾਂ, ਉਹਨਾਂ ਦੀ ਦੁਰਵਰਤੋਂ ਆਉਂਦੀ, ਕੁਛ ਸਮੇਂ ਬਾਅਦ ਆਪਾਂ ਨੂੰ ਪਤਾ ਲੱਗਦਾ ਫਲਾਣੀ ਡੇਰੀ 'ਚ ਆਹ ਕਾਰਨਾਮਾ ਹੋ ਗਿਆ। ਅੱਜ ਇੱਥੇ ਆਏ ਹਾਂ ਔਰ ਲਗਭਗ 2-3 ਸਾਲ ਤੋਂ ਦਿਨ ਰਾਤ ਦੀ ਇੱਥੇ ਸੇਵਾ ਲੱਗੀ ਔਰ 2-2.5 ਲੱਖ ਦਾ ਖਰਚਾ ਰੋਜ਼ ਆ, ਔਰ ਇਹ ਤਾਂ ਜੋ ਹੜ੍ਹ ਆਵੇ ਹੀ ਨਾ। ਦਸ਼ਮੰਦ ਉਦੋਂ ਭੇਜਣ ਦੀ ਬਜਾਏ ਵੀ ਜਦੋਂ ਕਿਸੇ ਦਾ ਸਾਰੀ ਫਸਲ ਮਰ ਜਾਂਦੀ ਉਦੋਂ ਮੂੰਹ 'ਚ ਅੰਨ ਪਾਉਣ ਲੱਗਿਆਂ ਆਪਾਂ ਦਸ਼ਮੰਦ ਨਾ ਭੇਜੀਏ, ਉਦੋਂ ਉਹਨਾਂ ਦੀ ਰੋਟੀ ਪਾਣੀ ਵਾਸਤੇ ਆਪਣਾ ਦਸ਼ਮੰਦ ਨਾ ਭੇਜੀਏ, ਅੱਜ ਭੇਜੀਏ ਵੀ ਉਹ ਹੜ੍ਹ ਆਵੇ ਨਾ ਵੀ ਸੁੱਖ ਦੀ ਰੋਟੀ ਖਾਣ। ਮੈਂ ਇਹੋ ਬੇਨਤੀ ਕਰਾਂਗਾ ਵੀ ਆਪਣੇ ਦਸ਼ਮੰਦ ਨੂੰ ਸਹੀ ਹੱਥਾਂ ਦੇ ਵਿੱਚ ਪਹੁੰਚਾਓ ਤਾਂ ਜੋ ਲੋਕਾਂ ਦਾ ਭਲਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।